ਸ਼ੁਰੂ ਸ਼ੁਰੂ ਵਿੱਚ ਹਿਚਕਿਟਾਹਟ ਬੰਦੇ ਨੂੰ ਆਉਂਦੀ ਹੈ, ਬੰਦਾ ਸ਼ਰਮਾਉਂਦਾ ਹੈ ਕਿ ਲੋਕ ਮੈਨੂੰ ਵੇਖਣ, ਮੈਂ ਵੀਡੀਓ ਨਹੀਂ ਬਣਾ ਸਕਦਾ। ਬਾਅਦ ਤੁਸੀਂ ਵੀਡੀਓ ਬਣਾ ਸੋ, ਲੋਕ ਵੇਖਦੇ ਨੇ, ਵੇਖਣ ਦੇ ਯਾਰ ਕੀ ਹੈ, ਤੁਸੀਂ ਆਪਣੀ ਵੀਡੀਓ ਬਣਾਓ, ਆਪਣਾ ਟੈਲੈਂਟ ਸ਼ੋਅ ਕਰਾਓ, ਟੈਲੈਂਟ ਸ਼ੋਅ ਕਰਾ ਸੋ ਤਾਂ ਦੁਨੀਆ ਮੰਨਸੀ ਤੁਹਾਨੂੰ। ਐਵੇਂ ਕੀ ਪਤਾ ਲੋਕਾਂ ਨੂੰ ਵੀ ਕੀ ਕਰ ਸਕਦੇ ਆ ਵੀਆ, ਤਾਂ ਟੈਲੈਂਟ ਸ਼ੋਅ ਕਰੋ, ਦੁਨੀਆ ਦੇਖਦੀ ਹੈ, ਦੇਖਣ ਦਿਓ, ਕੋਈ ਮਸਲਾ ਹੀ ਨਹੀਂ ਹੁੰਦਾ। ਤੁਸੀਂ ਸਿਰਫ ਆਪਣੇ ਕੰਮ 'ਤੇ ਤਵੱਜੋ ਰੱਖਣੀ ਹੈ, ਕੰਮ ਤੋਂ ਤਵੱਜੋ ਆਪਣੀ ਹਟਣੀ ਨਹੀਂ ਚਾਹੀਦੀ ਤੁਹਾਡੀ, ਠੀਕ ਹੈ ਨਾ। ਸਿਰਫ ਬੋਲੇ ਕਰੋ, ਵੀਡੀਓਜ਼ ਬਣਾਈ ਕਰੋ, ਅੱਛੀ ਅੱਛੀ ਸਹੀ ਹੈ, ਦੂਸਰਿਆਂ ਨਾਲ ਹਸਤ ਨਾ ਕੀਤਾ, ਅੱਛੀ ਵੀਡੀਓਜ਼ ਨੂੰ ਲਾਈਕ ਕੀਤਾ। ਅਸਲਾਮੁਅਲੈਕੁਮ ਭਾਈ ਜਾਨ, ਅਗਰ ਦੁਨੀਆ ਭਾਈ ਜਾਨ ਕੋਈ ਬੰਦਾ ਕਾਮਯਾਬ ਹੋ ਸਕਦਾ ਤਾਂ ਤੁਸੀਂ ਵੀ ਹੋ ਸਕਦੇ ਹੋ। ਉਹਨਾਂ 'ਤੇ ਤੁਹਾਡੇ ਫਰਕ ਸਿਰਫ ਇਹ ਇੱਕ ਹੈ ਕਿ ਮਾਇੰਡ ਸੈੱਟ ਦਾ, ਤੁਹਾਡਾ ਮਾਇੰਡ ਸੈੱਟ ਇਹ ਕਿ ਸਿਰਫ ਤੁਸੀਂ ਵੀਡੀਓ ਲਾਈਕ ਕਰਨੀ ਹੈ ਦੂਸਰਿਆਂ ਦੀਆਂ, ਦੂਸਰੇ ਨਾਲ ਹਸਦ ਕਰਨਾ ਹੈ, ਦੂਸਰੇ ਨਾਲ ਪੁਆਇੰਟ ਆਊਟ ਕਰਨਾ ਹੈ, ਜੇ ਨਹੀਂ ਫਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਬੋਲਣਾ ਸਿੱਖੋ, ਕੀ ਮਸਲਾ ਤੁਹਾਨੂੰ, ਅਗਰ ਤੁਸੀਂ ਬੋਲੋਗੇ ਕੋਈ ਮਸਲਾ, ਸਿਰਫ ਦੂਜੇ ਦੀ ਵੀਡੀਓ ਲਾਈਕ ਕਰਦੇ ਰਹਿਣਾ ਹੈ ਵੀਆ, ਆਵਾਮ ਵੇਖਦੀ ਹੈ, ਵੇਖਣ ਦੇ ਤੁਹਾਨੂੰ, ਇਹ ਦੇਖੋ ਮੈਂ ਜਾ ਰਿਹਾ, 100 ਬੰਦਾ ਦੇਖ ਰਿਹਾ, ਜਾ ਰਿਹਾ ਮੈਨੂੰ, ਕੋਈ ਮਸਲਾ ਹੀ ਨਹੀਂ ਹੈ ਬੋਲਣ ਦਾ, ਸਿਰਫ ਇਹ ਬੋਲੇ ਕਰੋ।